ਬੱਚਿਓ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਬੇਟਾ ਅੱਜ ਬੇਟਾ ਆਪਾਂ ਕੁਝ ਬੱਚੇ ਜਿਹੜੇ ਆ ਉਹ ਸਰਕਸ ਦੇਖਣ ਗਏ ਆ ਤੇ ਟਿਕਟ ਲੈਣ ਲਈ ਲਾਈਨ 'ਚ ਖੜੇ ਨੇ ਦੇਖੋ ਸਭ ਤੋਂ ਪਹਿਲਾਂ ਕੌਣ ਖੜਾ ਹੈ ਰਾਣੋ ਰਾਣੋ ਤੋਂ ਬਾਅਦ ਅਨੰਤ ਅਨੰਤ ਤੋਂ ਬਾਅਦ ਜੋਤੀ ਜੋਤੀ ਤੋਂ ਬਾਅਦ ਸੰਦੀਪ ਸੰਦੀਪ ਤੋਂ ਬਾਅਦ ਮੰਨਤ ਮੰਨਤ ਤੋਂ ਬਾਅਦ ਤਨੀਸ਼ਾ ਤਨੀਸ਼ਾ ਤੋਂ ਬਾਅਦ ਅਹਿਲ ਅਹਿਲ ਤੋਂ ਬਾਅਦ ਸਿਮਰਨ ਸਿਮਰਨ ਤੋਂ ਬਾਅਦ ਕੁਲਜੀਤ ਅਤੇ ਕੁਲਜੀਤ ਤੋਂ ਬਾਅਦ ਅਮਨ ਹੁਣ ਆਪਾਂ ਜੇ ਇੱਦਾਂ ਗਿਣੀਏ ਤਾਂ ਅਮਨ ਤੋਂ ਪਹਿਲਾਂ ਕੁਲਜੀਤ ਕੁਲਜੀਤ ਤੋਂ ਪਹਿਲਾਂ ਸਿਮਰਨ ਸਿਮਰਨ ਤੋਂ ਪਹਿਲਾਂ ਅਹਿਲ ਅਹਿਲ ਤੋਂ ਪਹਿਲਾਂ ਤਨੀਸ਼ਾ ਤਨੀਸ਼ਾ ਤੋਂ ਪਹਿਲਾਂ ਕੌਣ ਖੜਾ ਮੰਨਤ ਮੰਨਤ ਤੋਂ ਪਹਿਲਾਂ ਸੰਦੀਪ ਸੰਦੀਪ ਤੋਂ ਪਹਿਲਾਂ ਜੋਤੀ ਜੋਤੀ ਤੋਂ ਪਹਿਲਾਂ ਅਨੰਤ ਅਤੇ ਅਨੰਤ ਤੋਂ ਪਹਿਲਾਂ ਰਾਣੂ ਹੁਣ ਬੇਟਾ ਆਪਾਂ ਦੇਖਦੇ ਹਾਂ ਕਿ ਜਿਵੇਂ ਜੋਤੀ ਅਤੇ ਮੰਨਤ ਦੇ ਵਿਚਕਾਰ ਕੌਣ ਖੜਾ ਹੈ ਸੰਦੀਪ ਇਸੇ ਤਰ੍ਹਾਂ ਸਿਮਰਨ ਅਤੇ ਅਮਨ ਦੇ ਵਿਚਕਾਰ ਕੌਣ ਖੜਾ ਹੈ ਕੁਲਜੀਤ ਕੁਲਜੀਤ ਤੋਂ ਬਿਲਕੁਲ ਪਹਿਲਾਂ ਕੌਣ ਖੜਾ ਹੈ ਸਿਮਰਨ ਸਿਮਰਨ ਤੋਂ ਬਿਲਕੁਲ ਬਾਅਦ 'ਚ ਕੌਣ ਖੜਾ ਹੈ ਕੁਲਜੀਤ ਹੁਣ ਦੇਖੀਏ ਤਨੀਸ਼ਾ ਅਤੇ ਸਿਮਰਨ ਦੇ ਵਿਚਕਾਰ ਕੌਣ ਹੈ ਅਹਿਲ ਅਤੇ ਅਹਿਲ ਤੋਂ ਬਿਲਕੁਲ ਪਹਿਲਾਂ ਕੌਣ ਖੜਾ ਹੈ ਤਨੀਸ਼ਾ ਫਿਰ ਰਾਣੋ ਅਤੇ ਜੋਤੀ ਦੇ ਵਿਚਕਾਰ ਕੌਣ ਖੜਾ ਹੈ ਅਨੰਤ ਜੋਤੀ ਤੋਂ ਬਿਲਕੁਲ ਬਾਅਦ 'ਚ ਕੌਣ ਖੜਾ ਹੈ ਸੰਦੀਪ ਹੁਣ ਬੇਟਾ ਦੇਖੋ ਅਤੇ ਇਹਨਾਂ ਨੇ ਟਿਕਟਸ ਲੈ ਲਈਆਂ ਅਤੇ ਰਾਣੋ ਦੀ ਟਿਕਟ ਦਾ ਨੰਬਰ ਹੈਗਾ 11 ਅਨੰਤ ਦੀ ਟਿਕਟ ਦਾ ਨੰਬਰ 12 ਜੋਤੀ ਦੀ ਟਿਕਟ 13 ਸੰਦੀਪ ਦੀ ਟਿਕਟ 14 ਮੰਨਤ 15 ਤਨੀਸ਼ਾ 16 ਅਹਿਲ 17 ਸਿਮਰਨ 18 ਕੁਲਜੀਤ 19 ਅਤੇ ਅਮਨ ਦੀ ਟਿਕਟ ਦਾ ਨੰਬਰ 20 ਹੁਣ ਆਪਾਂ ਇਹਨਾਂ ਨੂੰ ਇਹਨਾਂ ਦੇ ਨਾਵਾਂ ਨਾਲ ਨਹੀਂ ਬੁਲਾਵਾਂਗੇ ਆਪਾਂ ਇਹਨਾਂ ਦੇ ਟਿਕਟ ਨੰਬਰ ਨਾਲ ਬੁਲਾਵਾਂਗੇ ਫਿਰ ਦੇਖੋ ਸਭ ਤੋਂ ਪਹਿਲਾਂ ਕੌਣ ਹੈ 11 11 ਤੋਂ ਬਾਅਦ 12 12 ਤੋਂ ਬਾਅਦ 13 13 ਤੋਂ ਬਾਅਦ 14 14 ਤੋਂ ਬਾਅਦ 15 15 ਤੋਂ ਬਾਅਦ 16 16 ਤੋਂ ਬਾਅਦ 17 17 ਤੋਂ ਬਾਅਦ 18 18 ਤੋਂ ਬਾਅਦ 19 19 ਤੋਂ ਬਾਅਦ 20 ਹੁਣ ਬੇਟਾ ਆਪਾਂ ਫਿਰ ਪਹਿਲਾਂ ਗਿਣਦੇ ਹਾਂ ਕਿ 20 ਤੋਂ ਪਹਿਲਾਂ ਕੀ ਆਇਆ 19 19 ਤੋਂ ਪਹਿਲਾਂ 18 18 ਤੋਂ ਪਹਿਲਾਂ 17 17 ਤੋਂ ਪਹਿਲਾਂ 16 16 ਤੋਂ ਪਹਿਲਾਂ 15 15 ਤੋਂ ਪਹਿਲਾਂ 14 14 ਤੋਂ ਪਹਿਲਾਂ 13 13 ਤੋਂ ਪਹਿਲਾਂ 12 ਅਤੇ 12 ਤੋਂ ਪਹਿਲਾਂ 11 ਹੁਣ ਦੇਖੀਏ 12 ਅਤੇ 14 ਦੇ ਵਿਚਕਾਰ ਕੌਣ ਹੈ 13 15 ਅਤੇ 17 ਦੇ ਵਿਚਕਾਰ ਕੌਣ 16 ਫਿਰ 18 ਤੋਂ ਬਿਲਕੁਲ ਪਹਿਲਾਂ ਕੌਣ 17 18 ਤੋਂ ਬਿਲਕੁਲ ਬਾਅਦ ਕੌਣ 19 ਸੰਖਿਆ ਪੱਟੀ 'ਤੇ ਉਹਨਾਂ ਦੇ ਟਿਕਟ ਨੰਬਰ ਲਿਖੇ ਨੇ 11 ਤੋਂ 20 ਤੱਕ ਆਪਾਂ ਇਸ ਸੰਖਿਆ ਖਿੜਕੀ ਰਾਹੀਂ ਦੇਖਾਂਗੇ ਕਿ ਕਿਹੜਾ ਨੰਬਰ ਪਹਿਲਾਂ ਆਉਂਦਾ ਹੈ ਕਿਹੜਾ ਬਾਅਦ ਵਿੱਚ ਅਤੇ ਕਿਹੜਾ ਵਿਚਕਾਰ ਹੁਣ ਬੇਟਾ ਆਪਾਂ ਦੇਖੀਏ ਇਹ ਕਿੰਨਾ ਨੰਬਰ ਹੈ 15 ਹੁਣ 15 ਤੋਂ ਬਿਲਕੁਲ ਪਹਿਲਾ ਨੰਬਰ 14 ਇਸੇ ਤਰ੍ਹਾਂ 15 ਤੋਂ ਬਿਲਕੁਲ ਬਾਅਦ ਕਿਹੜਾ ਨੰਬਰ ਹੈ 16 ਹੁਣ ਆਪਾਂ ਇਸ ਨੂੰ ਨੰਬਰ ਬਦਲਦੇ ਹਾਂ ਤਾਂ ਦੇਖੀਏ 15 ਅਤੇ 17 ਦੇ ਵਿਚਕਾਰ ਕਿਹੜਾ ਨੰਬਰ ਹੈ 16 ਫਿਰ ਬੇਟਾ ਇੱਥੋਂ ਆਪਾਂ ਇੱਕ ਬਹੁਤ ਵਧੀਆ ਤੁੱਕ ਬਣਦੀ ਆ ਕਿ ਪਹਿਲਾਂ ਆਉਣਾ ਕੀ ਬਾਅਦ 'ਚ ਆਉਣਾ ਕੀ ਵਿਚਕਾਰ ਗਿਣਤੀ ਸਿੱਧੀ ਪੁੱਠੀ ਕਰੀਏ ਸੋਚ ਵਿਚਾਰ ਹੁਣ ਇਸੇ ਤਰ੍ਹਾਂ ਤੁਸੀਂ ਘਰ ਦੇ ਕੰਮ ਵਿੱਚ ਬੇਟਾ ਸੰਖਿਆਵਾਂ ਲਿਖ ਕੇ ਤਾਂ ਉਹਨਾਂ 'ਚੋਂ ਪਹਿਲਾਂ ਕਿਹੜੀ ਸੰਖਿਆ ਹੈ ਬਾਅਦ 'ਚ ਕਿਹੜੀ ਸੰਖਿਆ ਹੈ ਅਤੇ ਵਿਚਕਾਰ ਕਿਹੜੀ ਸੰਖਿਆ ਹੈ ਘਰ ਦੇ ਕੰਮ ਵਿੱਚ ਕਰਨਾ ਹੈ ਅੱਜ ਦੇ ਲਈ ਇੰਨਾ ਹੀ ਧੰਨਵਾਦ।